ਤਾਂ ਗਾਈਸ ਅੱਜ ਮੈਂ ਤੁਹਾਨੂੰ ਦੱਸੂੰਗਾ ਵੀ ਆ ਜਿਹੜੀ ਫਸਟ ਛੋਟੀ ਲਾਈਟ ਹੈ ਆਪਾਂ ਫਲੈਸ਼ ਕਿਵੇਂ ਕਰਾਈ ਦੀ ਆ ਅਤੇ ਇਹਦੇ ਨਾਲ ਪਿਛਲੀ ਟੇਲ ਲਾਈਟ ਵੀ ਫਲੈਸ਼ ਹੁੰਦੀ ਪਈ ਆ ਦੇਖੋ ਤਾਂ ਚਲੋ ਗਾਈਸ ਮੈਂ ਤੁਹਾਨੂੰ ਦੱਸਦਾ ਹੁਣ ਇੱਥੇ ਦੋ ਨੈੱਟ ਹੁੰਦੇ ਆ ਖੋਲ੍ਹ ਕੇ ਆਹ ਦੇਖੋ ਸਭ ਤੋਂ ਪਹਿਲਾਂ ਆਪਾਂ ਆਲੇ ਨੈੱਟ ਖੋਲ੍ਹਦੇ ਹਾਂ ਅਤੇ ਫਿਰ ਜੇ ਤੁਹਾਡਾ ਏ ਸੀ ਟੂ ਡੀ ਸੀ ਨਹੀਂ ਹੈਗਾ ਸਭ ਤੋਂ ਪਹਿਲਾਂ ਤੁਸੀਂ ਉਹ ਏ ਸੀ ਟੂ ਡੀ ਸੀ ਕਰਨਾ ਏ ਸੀ ਟੂ ਡੀ ਸੀ ਤੁਸੀਂ ਸਵਿੱਚ 'ਤੇ ਨਹੀਂ ਕਰਨਾ ਸਵਿੱਚ 'ਤੇ ਨਹੀਂ ਕਰਨਾ ਉਹ ਮੈਂ ਉਦੋਂ ਅੱਗੇ ਆ ਖੋਲ੍ਹ ਕੇ ਦਿਖਾਉਂਦਾ ਤੁਹਾਨੂੰ ਇੱਥੇ ਵੀ ਹੋਣਗੇ ਦੋਨੇ ਨੈੱਟ ਤੁਸੀਂ ਆ ਖੋਲ੍ਹ ਲੈਣੇ ਆ ਇਹ ਹੁਣ ਖੋਲ੍ਹ ਲੈਂਦੇ ਹਾਂ ਮੈਂ ਤੁਹਾਨੂੰ ਆ ਖੋਲ੍ਹ ਕੇ ਮਿਲਦਾ ਅਤੇ ਜਦੋਂ ਆ ਤੁਹਾਡਾ ਖੁੱਲ੍ਹ ਗਿਆ ਇਹ ਤੁਸੀਂ ਇੱਥੋਂ ਹੱਥ ਪਾ ਕੇ ਇਸ ਤਰ੍ਹਾਂ ਤੁਸੀਂ ਇਹਨੂੰ ਕੱਢ ਲੈਣਾ ਅਤੇ ਆਪਣੇ ਉੱਥੇ ਸਾਈਡ 'ਤੇ ਰੱਖ ਦਿੰਦੇ ਹਾਂ ਅਤੇ ਹੁਣ ਦੇਖੋ ਗਾਈਸ ਇਹ ਆਪਣੀ ਹੁੰਦੀ ਹੈ ਏ ਸੀ ਟੂ ਡੀ ਸੀ ਦੀ ਵਾਇਰ ਇਹ ਮੇਰੀ ਦੂਸਰੀ ਵਾਇਰ ਹੈ ਇਹ ਏ ਸੀ ਟੂ ਡੀ ਸੀ ਸਭ ਤੋਂ ਪਹਿਲਾਂ ਇਹ ਮੈਂ 2 ਮਿੰਟ ਤੁਹਾਨੂੰ ਸਾਰਾ ਕੁਛ ਕੱਢ ਕੇ ਦਿਖਾਉਂਦਾ ਪਰ ਇਹ ਮੇਰੀ ਏ ਸੀ ਟੂ ਡੀ ਸੀ ਵਾਇਰ ਆ ਦੇਖੋ ਜਦੋਂ ਆਪਾਂ ਨੂੰ ਇੱਥੇ ਉਹਨੂੰ ਉੱਤੇ ਵਾਲਾ ਬੱਲਬ ਚੱਕਣ ਲੱਗ ਜਾਂਦਾ ਆਹ ਦੇਖੋ ਜਿਵੇਂ ਮੈਂ ਤਾਰ ਉਤਾਰੀ ਅਤੇ ਉਹ ਬੱਲਬ ਔਫ ਆ ਦੇਖੋ ਇਹ ਮੈਂ ਤਾਰ ਲਾਈ ਅਤੇ ਔਫ ਠੀਕ ਹੈ ਅਤੇ ਹੁਣ ਇਹ ਜਿਹੜੀ ਵਾਇਰ ਹੈ ਇਹ ਆਪਾਂ ਇਸ ਫਲੈਸ਼ਰ ਆ ਇਹ ਇੱਥੇ ਨਾ ਇੱਕ ਬੋਕਸ ਹੋਊਗਾ ਤੁਹਾਡਾ ਲੱਗਿਆ ਉਹਨੂੰ ਉਤਾਰ ਲੈਣਾ ਤੁਸੀਂ ਅਤੇ ਉਹਦੇ ਥੱਲੇ ਫਲੈਸ਼ਰ ਹੋਊਗਾ ਤੁਹਾਡਾ ਬਲੈਕ ਕਲਰ ਦਾ ਵਾਲਾ ਫਲੈਸ਼ਰ ਅਤੇ ਇਸ ਫਲੈਸ਼ਰ 'ਤੇ ਹੁਣ ਆਪਾਂ ਇਹਦੀ ਏ ਸੀ ਟੂ ਡੀ ਸੀ ਦੀ ਵਾਇਰ ਲਾਉਣੀ ਆ ਤੁਸੀਂ ਇੱਕ ਵਾਰੀ ਜਦੋਂ ਇੱਕ ਪਾਸੇ ਲਗਾਓਗੇ ਤਾਂ ਇੱਕ ਟਾਈਮ ਦੇ ਉਹ ਔਨ ਹੀ ਰਹੇਗੀ ਫਿਰ ਤੁਸੀਂ ਦੂਸਰੇ ਪਾਸੇ ਲਾਉਣਾ ਨੈਗੇਟਿਵ 'ਤੇ ਉਹ ਫਿਰ ਤੁਹਾਡੀ ਔਨ ਰਹੇਗੀ ਹੁਣ ਮੈਂ ਤੁਹਾਨੂੰ ਇਹ ਲਾ ਕੇ ਦਿਖਾਉਂਦਾ ਆਹ ਦੇਖੋ ਆਹ ਜਿਹੜੀ ਵਾਇਰ ਆ ਇਸਨੂੰ ਆਪਾਂ ਇਸ 'ਤੇ ਲਾਉਣਾ ਇਸ 'ਤੇ ਮੈਂ ਤੁਹਾਨੂੰ ਲਾ ਕੇ ਮਿਲਦਾ ਇਸ ਪੁਆਇੰਟ ਦੇ ਨਾਲ ਲਾ ਦਾਗਾ ਅਤੇ ਹੁਣ ਆਪਾਂ ਇਸਨੂੰ ਇਸ ਦੇ ਅੰਦਰ ਵਾਪਸ ਪਾ ਦਿੰਦੇ ਹਾਂ ਅਤੇ ਹੈਲੋ ਆਹ ਦੇਖੋ ਹੁਣ ਇਹ ਫਲੈਸ਼ ਹੋਣ ਲੱਗ ਗਈ ਜਿਵੇਂ ਇਹ ਔਨ ਹੋਇਆ ਅਤੇ ਇਸਨੂੰ ਆਪਾਂ ਹੁਣ ਇਸ ਤਰ੍ਹਾਂ ਰੱਖ ਦਾਂਗੇ ਅਤੇ ਤੁਸੀਂ ਉਹ ਡਸਟ ਕਵਰ ਪਾਉਣਾ ਚਾਹੁੰਦੇ ਹੋ ਕਿ ਨਹੀਂ ਉਹ ਤੁਹਾਡੀ ਮਰਜ਼ੀ ਬਸ ਬਿਨਾਂ ਡਸਟ ਕਵਰ ਦਾ ਸਹੀ ਰਹਿੰਦਾ ਅਤੇ ਇਹ 'ਤੇ ਜੋ ਤੁਸੀਂ ਬਿੱਗ ਲਾਈਟ ਕਰਨਾ ਚਾਹੁੰਦੇ ਹੋ ਨਾ ਬਿੱਗ ਲਾਈਟ ਤੁਸੀਂ ਕਰ ਸਕਦੇ ਹੋ ਪਰ ਉਹ ਇੰਡੀਕੇਟਰ ਦੇ ਨਾਲ ਹੋਵੇਗੀ ਇਸ ਤਰ੍ਹਾਂ ਇਕੱਲੀ ਨਹੀਂ ਚੱਲੂਗੀ ਇਹਦੀ ਨਾਲੇ ਆਪਣੀ ਟੇਲ ਲਾਈਟ ਵੀ ਔਨ ਹੋਵੇਗੀ ਆਹ ਦੇਖੋ ਫਲੈਸ਼ ਆਹ ਦੇਖੋ ਹੁਣ ਇਹ ਸੁੱਚ 'ਤੇ ਵੀ ਹੋ ਚੁੱਕੀ ਆ ਫਿਰ ਮੇਰੀ ਸੁੱਚ ਔਫ ਇਹ ਔਫ ਇਹ ਮੈਂ ਸੁੱਚ ਕੀਤੀ ਔਨ ਇਹ ਵੀ ਔਨ ਅਤੇ ਗਾਈਸ ਇਹ ਤੁਸੀਂ ਦੇਖ ਚੁੱਕੇ ਹੋ ਅਤੇ ਆਹ ਦੇਖੋ ਫਿਰ ਆਪਾਂ ਇਸ ਨੂੰ ਇਹਦੇ ਉੱਤੇ ਹੁਣ ਮੈਂ ਡਸਟ ਕਵਰ ਵੀ ਪਾ ਕੇ ਦਿਖਾ ਦਿੰਦਾ ਤੁਹਾਨੂੰ ਵੀ ਕਿਸ ਤਰ੍ਹਾਂ ਇਹਦੇ ਉੱਤੇ ਡਸਟ ਕਵਰ ਪਊਗਾ ਮੈਂ ਤੁਹਾਨੂੰ ਦਿਖਾਉਂਦਾ ਉੱਤੇ ਪਹਿਲਾਂ ਇਸ ਤਰ੍ਹਾਂ ਦਾ ਇੱਕ ਇੱਥੇ ਡਸਟ ਕਵਰ ਲੱਗਿਆ ਹੁੰਦਾ ਇਹ ਤੁਸੀਂ ਉਤਾਰ ਲੈਣਾ ਇਹਦਾ ਜਿਹੜਾ ਇਹ ਛੋਟਾ ਹੋਲ ਆ ਨਾ ਆਹ ਦੇਖੋ ਧਿਆਨ ਆਹਲਾ ਜਿਹੜਾ ਹੋਲ ਆ ਇਹ 'ਚ ਤੁਸੀਂ ਆਹ ਪਤਲੀ ਵਾਇਰ ਕੱਢ ਲੈਣਾ ਜੇ ਮੋਟੀ ਵਾਇਰ ਪਾਉਂਗੇ ਤਾਂ ਉਹ ਫਿਰ ਤੁਹਾਡਾ ਡਸਟ ਕਵਰ ਨਹੀਂ ਲੱਗੇਗਾ ਮੈਂ ਡਸਟ ਕਵਰ ਵੈਸੇ ਨਹੀਂ ਲਗਾਉਂਦਾ ਗਾ ਇਸ ਕਦੇ ਮੈਨੂੰ ਇਹ 'ਤੇ ਕੁਛ ਹੋਰ ਕਰਨਾ ਪੈ ਜਾਂਦਾ ਗਾ ਆਹ ਦੇਖੋ ਇਸ ਤਰ੍ਹਾਂ ਉਹ ਸਾਈਡ 'ਤੇ ਹੀ ਆ ਜਾਣਾ ਆਹ ਦੇਖੋ ਅਤੇ ਇਹਦੇ ਤੁਸੀਂ ਟੇਪਿੰਗ ਕਰਨਾ ਚਾਹੋਗੇ ਤਾਂ ਕਰ ਦਿਓ ਅਤੇ ਗਾਈਸ ਇਹ ਡਸਟ ਕਵਰ ਜੇ ਤੁਸੀਂ ਪਾਉਣਾ ਤਾਂ ਪਾ ਦਿਓ ਇਸ ਦੀ ਵਾਇਰ ਕੱਢ ਕੇ ਬਸ ਫਿਰ ਇਸ ਤਰ੍ਹਾਂ ਇਹਦੇ ਅੰਦਰ ਹੀ ਚਲਾ ਜਾਣਾ ਇੱਥੇ ਮੈਂ ਪਾਉਣਾ ਨਹੀਂ ਤਾਂ ਆਪਾਂ ਇਹਨੂੰ ਸਾਈਡ 'ਚ ਛੱਡ ਦਿੰਦੇ ਹਾਂ ਅਤੇ ਗਾਈਸ ਇਹ ਦੇਖੋ ਇਹ ਹੋਣ ਲੱਗ ਗਿਆ ਠੀਕ ਹੈ ਹੁਣ ਅਤੇ ਬਿੱਗ ਲਾਈਟ ਦਾ ਵੀ ਇਸੇ ਤਰ੍ਹਾਂ ਹੀ ਹੋਊਗਾ ਬਿੱਗ ਲਾਈਟ ਦੀ ਮੈਂ ਆਹ ਦੇਖੋ ਆਹ ਹੁੰਦੀ ਆ ਮੇਰੀ ਸੁੱਚ ਬਿੱਗ ਲਾਈਟ ਦੀ ਮੇਰੀ ਬਿੱਗ ਲਾਈਟ 'ਚ ਏ ਸੀ ਟੂ ਡੀ ਸੀ ਆਹ ਦੇਖੋ ਐਕਟਿਵ ਔਨ ਨਹੀਂ ਗੀ ਹੁਣ ਮੈਂ ਤੁਹਾਨੂੰ ਬਿੱਗ ਲਾਈਟ ਕਰਕੇ ਦਿਖਾ ਦਿੰਦਾ ਕਿ ਬਿੱਗ ਲਾਈਟ ਨੈਕਸਟ ਵੀਡੀਓ 'ਚ ਕਰਾਂਗੇ ਆਹ ਦੇਖੋ ਜੇ ਤੁਸੀਂ ਏ ਸੀ ਟੂ ਡੀ ਸੀ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਕਰ ਦਿਓ ਥੈਂਕ ਯੂ